की है शॉप अभी चेक करो आज का ब्लॉक नॉर्थ वे ओंटारियो। ब्लॉग तो डेली बनता पर एडिटिंग में टाइम लग जाता। You know who I am. I'm on a Dixie track day. Life is just always mysterious and surprising. You never know what's around the next corner. Cool night. You never know what's around the kill this one, Dixie. Dixie got me chillin' on a cool night. You know the kind of night when everything feels right. The kind of night that makes you wanna light a bonfire. Grab a drink with your friends and you'll feel inspired. It's a real good time, ain't no worries tonight. We can party, ain't no reason to fight. So turn it up, we got plenty of light. To see our dreams flash right before your eyes disguised. I just wanna live right now. ਹਾਂ ਜੀ ਤੇ ਆਪਾਂ ਸਰੀ ਸੈਂਟਰ ਲਾਏ ਸੀਗੇ ਫੋਨ ਦਾ ਬਿੱਲ ਭਰਨ ਦੇ ਬਿੱਲ ਆਪਾਂ ਫੋਨ ਦਾ ਭਰਤਾ। ਇੱਕ ਮੈਨੂੰ ਪਾਕਿਸਤਾਨ ਤੋਂ ਕਿਸੇ ਬੀਬਾ ਨੇ ਪੁੱਛਿਆ ਸੀਗਾ ਵੀ ਸਰੀ ਦੇ ਵਿੱਚ ਹਲਾਲ ਫੂਡ ਮਿਲਦਾ। ਹਾਂਜੀ ਇੱਥੇ ਹਲਾਲ ਫੂਡ ਬਿਲਕੁਲ ਮਿਲਦਾ ਗਾ। ਇੱਥੇ ਬਹੁਤ ਸਾਰੇ ਰੈਸਟੋਰੈਂਟ ਹੈਗੇ ਨੇ ਜਿਹੜੇ ਕਿ ਹਲਾਲ ਫੂਡ ਦਿੰਦੇ ਹੈਗੇ। ਅਤੇ ਹੁਣ ਪਤਾ ਨਹੀਂ ਕਿੱਧਰ ਜਾਣਾ ਅਸੀਂ, ਕਿੱਧਰ ਨਹੀਂ, ਹਿੰਦੀ ਵੀਰ ਨਾਲ ਆਇਆ ਹੋਇਆ। ਦੂਜਾ ਬਾਈ ਨੈੱਟ ਦਾ ਬਿੱਲ ਭਰ ਰਿਹਾ, ਉਹ ਭਰ ਕੇ ਫਿਰ ਚੱਲਦੇ ਕਿਸੇ ਪਾਸੇ। ਅਤੇ ਇੱਕ ਵੀਰੇ ਨੇ ਮੈਨੂੰ ਪੁੱਛਿਆ ਸੀਗਾ ਸਸਕੈਚਵਨ ਬਾਰੇ ਪੁੱਛਿਆ ਸੀਗਾ ਵੀ ਉਹ ਕਿੱਦਾਂ ਦੀ ਹੈ ਜਗ੍ਹਾ ਰਹਿਣ ਦੇ ਲਈ, ਵਧੀਆ ਪੜ੍ਹਨ ਦੇ ਲਈ। ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਜਾ ਕੇ। ਠੀਕ ਹੈ ਜੀ, ਹਿੰਦੀ ਦੀ ਲੋਕ ਇਹੀ ਆ ਪੱਕੀ, ਇਹਨੇ ਆਈ ਰਹਿਣਾ ਹੁੰਦਾ ਜਦੋਂ ਵੀ ਕਿਤੇ ਆਉਂਦਾ, ਲੋਕ ਲੁੱਕ ਕੇ ਰਹਿੰਦਾ ਕਿਉਂਕਿ ਇਹਨੂੰ ਬਾਹਲੇ ਜ਼ਿਆਦਾ ਬੰਦੇ ਜਾਣਦੇ ਆ, ਇਹਨੂੰ ਫਿਰ ਰਹਿਣਾ ਹੀ ਆਇਆ ਪੈਂਦਾ, ਆਈ ਰਹਿਣਾ ਪੈਂਦਾ ਇਹਨੂੰ ਬਾਈ ਨੂੰ। ਇੱਕ ਤਰ੍ਹਾਂ ਦੀ ਪ੍ਰੋਬਲਮ ਵੀ ਆ ਇਹ, ਕਿਉਂਕਿ ਜਦੋਂ ਬੰਦਾ ਬੜਾ ਮਸ਼ਹੂਰ ਹੋ ਜਾਵੇ ਫਿਰ ਬੰਦੇ ਦੀ ਪ੍ਰਾਈਵੇਸੀ ਖਤਮ ਹੋ ਜਾਂਦੀ ਹੈ। ਹੁਣ ਜਿਵੇਂ ਮੈਂ ਸ਼ਰੇਆਮ ਇੱਥੇ ਆ ਬੈਠ ਕੇ ਵੀਡੀਓ ਬਣਾ ਰਿਹਾ, ਦੇਖੋ ਇਹ ਥੋੜ੍ਹੀ ਨਾ ਇੱਦਾਂ ਬਣਾ ਹਾਲ। Breathe in that night air, man, there ain't no cloud. And I'm proud to be a part of this crowd. It's so loud, having this much fun, man, it shouldn't be allowed. Homeboy brought a skateboard, they call him Skateboard Pete. But he doesn't rap, and he don't make beats. He just came for the beer, it's something to eat. We don't care where you're from, it's a pleasure to meet. Take your time, it's a full moon. All you need is a sip, here's a teaspoon. ਹਾਂਜੀ ਤੇ ਹੁਣ ਆਪਾਂ ਆ ਗਏ ਘਰੇ ਇੰਦੀ ਵੀਰ ਕੋਲੇ। ਤੇ ਤੁਹਾਨੂੰ ਦੱਸਣਾ ਸੀਗਾ ਨਾ ਉਹਦੇ ਬਾਰੇ, ਕੀ ਨਾਮ ਸੀ ਉਹਦਾ ਜਗ੍ਹਾ ਦਾ? ਸਸਕੈਚਵਨ, ਮੈਨੂੰ ਤਾਂ ਨਾਮ ਹੀ ਨਹੀਂ ਯਾਦ ਹੁਣ ਤਾਂ ਮੇਰੇ। ਸਸਕੈਚਵਨ ਬਾਰੇ ਦੱਸਣਾ ਸੀਗਾ ਜੀ ਵੀ ਉੱਥੋਂ ਦਾ ਜਿਹੜਾ ਮੌਸਮ ਹੈ ਰਹਿਣ ਦੇ ਲਈ, ਇੱਕ ਬਾਈ ਪੁੱਛ ਰਿਹਾ ਸੀਗਾ ਵੀ ਉੱਥੋਂ ਦਾ ਮੌਸਮ ਕਿੱਦਾਂ ਰਹਿਣ ਲਈ ਵਧੀਆ ਜਗ੍ਹਾ ਉਹ। ਸੋ ਸਸਕੈਚਵਨ ਹੈਗੀ ਆਪਣਾ, ਪਹਿਲਾਂ ਜਿਵੇਂ BC ਆ ਗਿਆ, ਫਿਰ ਅਲਬਰਟਾ ਆ ਗਿਆ, ਸਸਕੈਚਵਨ ਆ ਗਿਆ, ਫਿਰ ਅੰਟਾਰੀਓ ਆ ਗਿਆ। ਅਤੇ ਉੱਥੇ ਵੀ ਬਰਫਬਾਰੀ ਬਹੁਤ ਭਾਰੀ ਪੈਂਦੀ ਹੈ ਹੁਣ, ਜਿੱਥੇ ਬਰਫ਼ ਪੈ ਰਹੀ ਹੈਗੀ, ਠੰਡਾ ਇਲਾਕਾ ਬਹੁਤ ਜ਼ਿਆਦਾ। ਅਤੇ ਆਪਣਾ ਪਰ ਉੱਥੇ ਰਹਿਣ ਲਈ ਮਤਲਬ ਕਿ ਸਸਤਾ ਹੈਗਾ ਵੈਸੇ ਰਹਿਣ ਦੇ ਲਈ, ਜਿਵੇਂ ਆਪਾਂ ਉੱਥੇ ਬੇਸਮੈਂਟ ਲੈਣੀ ਆ ਅਸੀਂ ਘਰ ਲੈਣਾ ਉਹ। ਅਤੇ ਬਾਕੀ ਕਾਲਜਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਹੈਗੇ ਹੈਗੇ ਦੋ ਯੂਨੀਵਰਸਿਟੀਜ਼, ਮਤਲਬ ਕਿ ਜਿਹੜੇ ਮੇਨ ਹੈਗੇ, ਇੱਕ ਤਾਂ ਯੂਨੀਵਰਸਿਟੀ ਆਫ ਰਜਾਈਨਾ, ਰਜਾਈਨ ਉੱਥੋਂ ਦੀ ਰਾਜਧਾਨੀ ਹੈ, ਅਤੇ ਇੱਕ ਹੈਗਾ ਯੂਨੀਵਰਸਿਟੀ ਆਫ ਸਸਕੈਚਵਨ। ਅਤੇ ਇਹ ਦੋਨਾਂ ਯੂਨੀਵਰਸਿਟੀਆਂ ਦੋਨੇ ਵਰਕ ਪਰਮਿਟ ਦਿੰਦੀਆਂ, ਅਤੇ ਇੱਕ ਪੋਲੀਟੈਕਨਿਕ ਕਾਲਜ ਵੀ ਹੈਗਾ ਇਹਨੇ ਦੋਨਾਂ, ਤਾਂ ਉਹਨਾਂ ਦਾ ਤਿੰਨ ਚਾਰ ਥਾਵੇਂ ਆ ਮਤਲਬ ਕਿ ਸਸਕੈਚਵਨ ਪੋਲੀਟੈਕਨਿਕ ਕਾਲਜ, ਉੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਬਾਕੀ ਤੁਸੀਂ ਔਨਲਾਈਨ ਚੈੱਕ ਕਰ ਲਿਓ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ। ਅਤੇ ਇੱਕ ਉਹ ਜਿਹੜਾ ਆਪਣਾ ਹਲਾਲ ਮੀਟ ਵਾਲੀ ਗੱਲ ਸੀਗੀ, ਉਹ ਵੀ ਮੈਂ ਦੱਸਦੀ ਸੀ ਨਾ ਵੀ ਹਲਾਲ ਮੀਟ ਮਤਲਬ ਕਿ ਹਲਾਲ ਫੂਡ ਮਿਲਦਾ ਹੈਗਾ ਇੱਥੇ ਸਰੀ ਦੇ ਵਿੱਚ, ਅਤੇ ਕਾਫੀ ਰੈਸਟੋਰੈਂਟਸ ਹੈਗੇ ਨੇ। ਬਾਕੀ ਯੂ ਵੀ ਬਾਈ ਵੀ ਬੈਠਾ ਹੈਗਾ, ਹਿੰਦੀ ਬਾਈ ਵੀ ਬੈਠਾ, ਦੋਵੇਂ ਬੈਠੇ ਨੇ, ਮੈਚ ਦੇਖ ਰਹੇ ਨੇ। ਮੈਂ ਮੈਚ ਦੀ ਆਵਾਜ਼ ਬੰਦ ਕੀਤੀ ਹੋਈ ਹੈ ਅਤੇ ਠੀਕ ਆ, ਮਿਲਦੇ ਹਾਂ ਬ੍ਰੇਕ ਕੇ ਬਾਅਦ। ਝੱਟ ਆਉਂਦਾ ਸੀ ਪਚਾਸੀਆਂ ਤੇ ਛੱਡੀ ਨੀ, ਗੋਰੇ ਰੰਗ ਨੇ ਰਗੜਤਾ, ਮਾਰਲੀ ਟਾਲੀ ਦੇ ਵਿੱਚ ਗੱਡੀ ਨੀ ਗੋਰੇ ਰੰਗ ਮਾਰੀ ਬੈਠਾ ਦੇ ਬਾਈ, ਉਹ ਮਾਰੀ ਬੈਠਾ ਦੇ ਬਾਈ ਗੱਡੀ ਜੀਆਂ ਹਵੇਲੀਆਂ।